जकारे छुटदे आपां सारे देखदे इह कित्थों आरंभता होई जकारिआं दी खालसा जी आरंभता कित्थों होई और असली जकारे की हन सारे कोई किसे नूं कहिंदा भावे कोई किसे नूं कहिंदा भावे इहदा मतलब जिहनूं उह कहिंदा उहनूं भावे दूजे नूं भावे ही ना। एक प्रेमी सतसंग जी मिलिआ पटियाले दे इलाके च ਉਹ ਕਹਿੰਦਾ ਖੁਸ਼ੀਆਂ ਦੇ ਜਕਾਰੇ ਬਣਾਵੇ ਆਲ ਵਰਟ ਨੂੰ ਭਾਵੇ। ਮੈਂ ਕਿਹਾ ਬਈ ਕੋਈ ਬਾਕੀ ਬਾਹਰ ਰਹੇ ਹੀ ਨਹੀਂ ਹੈ। ਇਸ ਕਰਕੇ ਖਰਚਾ ਜੀ ਇਹ ਜਕਾਰੇ ਬਗਦਾਦ ਦੀ ਧਰਤੀ ਸਤਸੰਗ ਜੀ ਪ੍ਰਗਟ ਹੋਏ। ਜਿਸ ਵੇਲੇ ਮਹਾਰਾਜ ਜੀ ਗਏ ਦਸਤਵੀਰ ਪੀਰ ਨੇ ਕੀ ਕਿਹਾ ਸੀ ਕਿ ਜਿਹੜਾ ਕਬੀਰ ਹੈ ਇਹ ਕੁਫਰ ਤੋੜਦਾ ਲੱਖਾਂ ਪਤਾਲ ਆਕਾਸ਼ ਕਹਿੰਦਾ। ਉਸ ਵੇਲੇ ਕੋਈ ਨਾ ਵਿਚਾਰਿਆ ਦਸਵੀਰ ਨੇ ਸਾਰੀ ਬਗਦਾਦ ਦੀ ਪ੍ਰਜਾ ਨੂੰ ਕਹਿੰਦਾ ਇਹ ਸੁਰੰਗ ਸਾਫ਼ ਕਰੋ ਇਹਦੇ ਇੱਕ ਪੱਥਰ ਮਾਰੋ। ਇੱਕ ਪੱਥਰ ਮਾਰੇ ਸੱਚ ਨਹੀਂ ਬੋਲਦਾ ਜਾਂਦਾ। ਉੱਥੇ ਕੌਣ ਸੀ ਗੁਰੂ ਨਾਨਕ ਦੇਵ ਜੀ ਦਾ, ਕੌਣ ਸੀ ਭਾਈ ਮਰਦਾਨਾ ਜੀ ਦਾ, ਸਾਰਾ ਸ਼ਹਿਰ ਪੱਥਰ ਚੱਕ ਕੇ ਆਇਆ। ਉਸ ਵੇਲੇ ਮਹਾਰਾਜ ਜੀ ਨੇ ਕਿਹਾ ਸਤਿ ਅਕਾਲ ਗੁਰਵਰ ਅਕਾਲ ਮਹਿਮਾ ਪਾਰ ਨਾਨਕ ਨਜ਼ਰੀ ਨਜ਼ਰ ਨਿਹਾਲ। ਇਹ ਸਤਸੰਗ ਜੀ ਜਕਾਰੇ ਮਹਾਰਾਜ ਨੇ ਛੱਡੇ ਅਤੇ ਉਸ ਵੇਲੇ ਕੀ ਹੋਇਆ ਸਾਰੀ ਜਿੰਨੀ ਨਗਰੀ ਸੀ ਸੁਣ ਉਨ ਭਈ ਨਗਰੀ ਫੇਕ ਪੀਰ ਭਇਆ ਹੈਰਾਨਾ ਭਾਈ ਗੁਰਦਾਸ ਜੀ ਦੇ ਬੱਚਿਆਂ ਜਿੱਥੇ ਗਏ ਪੱਥਰ ਚੱਕੀ ਆ ਰਹੇ ਸੀ ਉੱਥੇ ਹੀ ਜਲ ਹੋ ਕੇ ਖੜ ਗਏ ਹੱਥਾਂ ਵਿੱਚ ਜੁੜ ਗਏ ਪੱਥਰ ਨੇੜੇ ਨਹੀਂ ਆ ਸਕੇ ਸਤਸੰਗਤ ਜੀ। ਇਹ ਅਸੀਂ ਕਾਹਦੀ ਡਾਢੀ ਕਲਾ ਗੁਰੂ ਮਹਾਰਾਜ ਸਾਹਿਬ ਦਿਖਾਈ ਉਸ ਇਲਾਕੇ 'ਚ ਵਿਚਰਦੇ ਜਿੱਥੇ ਪ੍ਰਾਰੰਭ ਅਨੁਸਾਰ ਆਪਾਂ ਬੈਠੇ ਹਾਂ ਇੱਥੇ ਰੂਮ ਬਣਾਇਆ ਤਾਂ ਆ ਕੇ ਸਤਸੰਗ ਜੀ ਕਾਰਨ ਮਹਾਰਾਜ ਨੇ ਸਿੱਖਿਆ ਨਹੀਂ ਦਿੱਤੀ ਕਿੰਨੇ ਗੰਜ ਸੀ ਸਾਰੇ ਮਹਾਰਾਜ ਲੁਟਾ ਕੇ ਰੱਖ ਦਿੱਤੇ ਗਰੀਬਾਂ ਨੂੰ ਕਿੰਨਾ ਫਰਕ ਕੀਤਾ ਗੁਰੂ ਨਾਨਕ ਦੇਵ ਜੀ ਨੇ ਇਸ ਭੂਮੀ ਦੇ ਉੱਤੇ ਵੀ ਆ ਕੇ ਮਨ ਨੇ ਚਰਨ ਪਾਏ। ਬਾਬੇ ਤਾਰੇ ਚਾਰ ਤੱਕ ਨੌ ਖੰਡ ਵਿੱਚ ਵੀ ਸੱਚਾ ਧੋਆ ਗੁਰਮੁਖ ਘਰ ਵਿੱਚ ਪ੍ਰਗਟ ਹੋ। ਪਰ ਇੰਨੀ ਜ਼ਰੂਰ ਬਾਤ ਹੈ ਅੱਜ ਸਾਡੇ ਘਰਾਂ 'ਚ ਇਹ ਆਵਾਜ਼ ਹੈ ਗੁਰਮੁਖਾਂ ਦੇ ਕਿ ਆ ਜਿਹੜੀ ਬਾਣੀ ਹੈ ਦਸਵੇਂ ਕਵੀਆਂ ਦੀ ਬਾਣੀ ਹੈ ਅਸੀਂ ਨਹੀਂ ਇਹ ਪੜ੍ਹਨੀ। ਸਤ ਸੰਗਤ ਜੀ ਇਹ ਕਵੀਆਂ ਦੀ ਗੁਰੂ ਸਾਹਿਬ ਕਵੀ ਨਹੀਂ ਹੈ। ਕਵਿਓ ਵਾਚ ਬੇਨਤੀ ਹਮਰੀ ਕਰੋ ਹਾਥ ਦਾ ਰੱਖਾ ਇਹ ਗੁਰੂ ਮਹਾਰਾਜ ਦੀ ਚੌਪਈ ਨਹੀਂ ਹੈ। ਮਹਾਰਾਜ ਵੀ ਕਵੀ ਹਨ ਬਾਹਰ ਪਾਤਸ਼ਾਹ ਦੇ ਪਾਤਸ਼ਾਹ ਔਰ ਕਵੀਆਂ ਨੂੰ ਮਾਣ ਦੇਣ ਵਾਲੇ ਹਨ। ਲੱਖ ਲੱਖ ਰੁਪਈਏ ਦਾ ਇਨਾਮ ਇੱਕ ਕਵਿਤਾ ਦਾ ਦੇ ਦਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਸੋ ਪ੍ਰੇਮੀਓ ਕਦੇ ਵੀ ਵਾਦ ਵਿਵਾਦ ਨਹੀਂ ਕਰਨਾ ਹੈ ਲੇਕਿਨ ਜਿਹੜੇ ਆਰਤੀ ਆਰਤਾ ਹੈ ਪਹਿਲੀ ਆਰਤੀ ਹੈ ਜਿਹੜੀ ਇਹ ਦੇਵੀ ਦੀ ਹੈ ਅਕਾਲ ਪੁਰਖ ਦੀ ਨਹੀਂ। ਜੇ ਕਹੋ ਵੀ ਇਹ ਕਿਉਂ ਜਿਸ ਵੇਲੇ ਰਾਕਸ਼ਾਂ ਦਾ ਮੁਕਾਬਲਾ ਕੀਤਾ ਦੇਵਤਿਆਂ ਨੇ ਦੇਵਤੇ ਸਤਸੰਗ ਜੀ ਜਿੱਤ ਨਹੀਂ ਸਕੇ ਉਸ ਵੇਲੇ ਚੰਡੀ ਨੇ ਸਤਸੰਗ ਜੀ ਇਹਨਾਂ ਦੀ ਮਦਦ ਕੀਤੀ ਸੁੰਗਲ ਸੁਣ ਵਰਗੇ ਸਾਰੇ ਲਟਾ ਕੇ ਰੱਖ ਦਿੱਤੇ। ਦੇਵਤੇ ਸਾਰੇ ਇਕੱਠੇ ਹੋ ਕੇ ਫਿਰ ਇਹਨਾਂ ਨੇ ਧੂਪ ਦੀਪ ਜਗਾ ਕੇ ਸਾਹਮਣੇ ਦੇਵੀ ਦੇ ਸਤਸੰਗ ਜੀ ਉਹਦੀ ਮਹਿਮਾ ਕੀਤੀ। ਉਹ ਜਿਹੜੀ ਦੇਵਤਿਆਂ ਨੇ ਸਤਸੰਗ ਜੀ ਉਚਾਰੀ ਹੈ ਉਹ ਖਾਲਸਾ ਉਚਾਰਦਾ ਹੈ। ਗਗਨ ਮੈਂ ਥਾਰ ਰਵ ਚੰਦੀ ਵਿਕਮਨ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਸਤਸੰਗ ਜੀ ਬਹੁਤ ਹੀ ਉੱਤਮ ਆਰਤੀ ਹੈ। ਜੇ ਆਪਣੇ ਆਰਤੀ ਕਰੀ ਵੀ ਆਪਣੇ ਇਸ ਦੇ ਮੂਹਰੇ ਕਰੀ ਦੀ ਕਿ ਨਹੀਂ ਜੋਤ ਵਗੈਰਾ ਜਗਾ ਕੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਨਹੀਂ ਆਪਾਂ ਧਾਰਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਜਗਨਨਾਥ ਦੇ ਸਤਸੰਗ ਜੀ ਪਾਂਡਿਆਂ ਨੂੰ ਜਿੱਥੇ ਇਹ ਬਾਣੀ ਉਚਾਰੀ ਸਮੁੰਦਰ ਦੇ ਕਿਨਾਰੇ ਜਿੱਥੇ ਕ੍ਰਿਸ਼ਨ ਭਗਵਾਨ ਜੀ ਸਮਾਏ ਉੱਥੇ ਬਾਣੀ ਪੜ੍ਹੀ ਗਈ। ਪਾਂਡੇ ਕਹਿੰਦੇ ਤੁਸੀਂ ਨਹੀਂ ਆਰਤੀ ਪੜ੍ਹੀ ਕਹਿੰਦੇ ਅਸੀਂ ਵੀ ਆਰਤੀ ਪੜ੍ਹੀ ਹੈ ਪਾਂਡਿਓ ਪਰ ਤੁਹਾਡੀ ਜਿਹੜੀ ਆਰਤੀ ਹੈ ਨਿੱਕੀ ਜਿਹੀ ਹੈ ਜਿਵੇਂ ਬੱਚੇ ਹੈ ਪਿਓ ਨੂੰ ਹਲ ਪਾਉਂਦਾ ਦੇਖ ਰਹੇ ਨਾ ਉਹ ਕੀ ਕਰਦੇ ਨੇ ਹੱਥਾਂ ਦੀਆਂ ਬੁਬੜੀਆਂ ਲੈ ਕੇ ਬਹੁਤ ਬਣਾ ਲੈਂਦੇ ਨੇ ਇਹ ਤੁਸੀਂ ਕਹਿੰਦੇ ਜੇ ਹਲ ਪਾਉਂਦੇ ਕਿ ਮਾਂ ਬਾਪ ਚਪੇੜ ਮਾਰਦੇ ਨੇ ਉਹਦੇ ਵਿੱਚ ਨਕਲ ਕਰਨਾ ਬੜੇ ਖੁਸ਼ ਹੁੰਦੇ ਨੇ ਕਹਿੰਦੇ ਬਈ ਤੂੰ ਵੀ ਖੇਡਦਾ। ਇਸੇ ਤਰ੍ਹਾਂ ਖਾਲਸਾ ਜੀ ਇਹ ਜੀਵਾਂ ਦੀ ਆਰਤੀ ਹੋ ਰਹੀ ਮਹਾਰਾਜ ਅਕਾਲ ਪੁਰਖ ਦਾ ਰੂਪ ਹਨ ਆਪਦੀ ਵੱਡੀ ਆਰਤੀ ਹੈ ਸੱਚੇ ਪਾਤਸ਼ਾਹ ਜੀ।
ਸੋ ਬਦਨ ਮੈਂ ਥਾਦਰ ਚੰਦੀ ਬਨੇ ਤਾਰਕਾ ਮੰਡਲ ਜਨਕ ਮੂਰਤੀ ਹੇ ਪੰਡਿਓ ਤੁਸੀਂ ਤਾਂ ਏਡਾ ਥਾਲ ਚੱਕਿਆ ਔਰ ਸਾਰਾ ਅਕਾਸ਼ ਸਾਡਾ ਥਾਲ ਹੈ ਜਿੰਨੇ ਜੀਵੇ ਹਨ ਅਦੇ ਕਿੰਨੇ ਜਨ ਅਤੇ ਮੋਤੀਆਂ ਦੇ ਥਾਂ ਕਿੰਨੇ ਤਾਰੇ ਚੌਂਕਦੇ ਹਨ ਫਿਰ ਮੂਰਤੀ ਸਹਿਜ ਤੋਂ ਮੈਨ ਮਨ ਮੈਨ ਹੈ ਤੋਹੇ ਕੋ ਸਹਿਜ ਮੂਰਤ ਨਾਇਕ ਤੋਹੀ ਹੇ ਵਾਹਿਗੁਰੂ ਤੇ ਇਸ ਦਾ ਤੇਰੇ ਸਾਹਮਣੇ ਕਰਕੇ ਅਰਦਾਸ ਕੀਤੀ ਗਏ ਨੇ ਸਰਗੁਣ ਸਰੂਪ ਦੇ ਤੇਰੇ ਹਜ਼ਾਰਾਂ ਸਰੂਪ ਹਨ ਨਿਰਾਕਾਰ ਦਾ ਕੋਈ ਵੀ ਨਹੀਂ ਹੈ ਸਭ ਨੇ ਘਟੀ ਸਹਿਬਤ ਹੈ ਸਭ ਨੇ ਘਟਣਾ ਕੋਈ ਜਿਵੇਂ ਜਵਾਨ ਕੇ ਵਿੱਚ ਸਮਸਤ ਜੋਤ ਹੈ ਨਾ ਘੱਟ ਹੈ ਨਾ ਵੱਢ ਹੈ ਹੇ ਮਹਾਰਾਜ ਸਹਿਜ ਪਦ ਨਮਨ ਨਾਨਕ ਪਦ ਗੰਧਵਨ ਸਹਿਜ ਤਵ ਗੰਧ ਜਪਤ ਹੋਈ ਮੇਰੀ ਬਿਰਤੀ ਹੈਰਾਨ ਹੋ ਰਹੀ ਹੈ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਅੰਤਰਜਾਮੀ ਹਜ਼ਾਰਾਂ ਹੀ ਤੇਰੇ ਚਰਨ ਹਨ ਤੇਰਾ ਚਰਨ ਇੱਕ ਵੀ ਨਹੀਂ ਹਜ਼ਾਰਾਂ ਹੀ ਤੇਰੇ ਨੇਤਰ ਹਨ ਇੱਕ ਵੀ ਨਿਰਾਕਾਰ ਦਾ ਇੱਕ ਵੀ ਨੇਤਰ ਨਹੀਂ ਸਰਗੁਣ ਤੇ ਨਿਰਗੁਣ ਦੀ ਇਹ ਸਾਂਝੀ ਉਪਾਸ਼ਨਾ ਹੈ ਐਸੀ ਆਰਤੀ ਨਿਰਧਾਰ ਤਵੀ ਨਹੀਂ ਮਿਲੇਗੀ ਉਸ ਤੋਂ ਉਪਰੰਤ ਅੱਗੇ ਭਗਤਾਂ ਨੇ ਵੀ ਵਿਚਾਰਿਆ ਭਗਤਾਂ ਨੇ ਤਾਂ ਵਿਚਾਰਿਆ ਉਹਨੇ ਰਸਤ ਵਸਤੀ ਮੰਗੀ ਹੈ ਬਿਰਹਾ ਤਾਂ ਕਹਿੰਦਾ ਦੋਖ ਸਾਡੇ ਨਾਲ ਸਰਜੂ ਤੰਨਾ ਕਹਿੰਦਾ ਆਪਣਾ ਕਰੇ ਨਾ ਜੀਓ ਜਿੰਨਾ ਵੇਲਾ ਜੀ ਕਰੇ ਮੈਨੂੰ ਤਾਂ ਉੱਨੀ ਚਾਹੀਦੀ ਹੈ ਫਿਰ ਉਹਨੇ ਗਿਣਤੀ ਗਿਣਤੀ ਨਹੀਂ ਕੀਤੀ ਇਹ ਆਰਤੀ ਦੇ ਸਭ ਨਹੀਂ ਆਪਾਂ ਸੁਣਾ ਕੋਈ ਵਿਚਾਰ ਸਭ ਸਿਰੇ ਤਿਆਰ ਪਰ ਤਿਆਰ ਹੋ ਕੇ ਜਿਕਾਰੇ ਫਿਰਦੇ ਉਸ ਤੋਂ ਬਾਅਦ ਸਭ ਚਲੀ ਜਾਂਦੀ ਆਪਾਂ ਕੀਰਤਨ ਵੀ ਗੁਰਮੁਖਾਂ ਨੂੰ ਸੁਣਿਆ ਗੁਰਮੁਖ ਕੀ ਕਹਿੰਦੇ ਨੇ ਪੱਟ ਵੀਰ ਨਸੇਤੀ ਬਾਂਧ ਮੰਗਾਓ ਫਿਰ ਆਪਾਂ ਨੂੰ ਲੜਨ ਦੀ ਕੀ ਲੋੜ ਆ ਲਈ ਜੇ ਵੀਰ ਸੂਰਮਾ ਵੀਰ ਰੱਖੇ ਫਿਰ ਦਸਵੇਂ ਪਾਤਸ਼ਾਹ ਗਏ ਸੋ ਗ੍ਰੰਥ ਹੈ ਜੀ ਜਿਸ ਵੇਲੇ ਗੁਰੂ ਨਾਨਕ ਦਸਵੇਂ ਪਾਤਸ਼ਾਹ ਮਾਰਗ ਵਿੱਚ ਗਏ ਹੈ ਭਾਈ ਰੂਪ ਚੰਦ ਜੋ ਦਸ ਛੇਵੇਂ ਪਾਤਸ਼ਾਹ ਦੇ ਵਰਨਾ ਪਰ ਭਾਈ ਰੂਪ ਪਰ ਬੜਾ ਭਾਰੀ ਨਜ਼ਰ ਹੈ ਉਹਦੇ ਪੁੱਤ ਪਰਮ ਸਿੰਘ ਧਰਮ ਸਿੰਘ ਮਹਾਰਾਜ ਕੋਲ ਆਏ ਤੀਨੇ ਪਰ ਆ ਕੇ ਰੋਣ ਲੱਗ ਗਿਆ ਭਾਈ ਧਰਮ ਸਿੰਘ ਮਹਾਰਾਜ ਕਹਿੰਦੇ ਭਾਈ ਰੋਂਦਾ ਕਿਉਂ ਹੈ ਕਹਿੰਦਾ ਮਹਾਰਾਜ ਉਹ ਜਿਹੜੇ ਰੰਗ ਰਾਜ ਸੀ ਪ੍ਰਸਾਦ ਪ੍ਰਸਾਦੀ ਹਾਥੀ ਝੂਲਦੇ ਸੀ ਅਨੰਦਪੁਰ ਸਾਹਿਬ ਭਾਈ ਖਾਲਸਾ ਕਾਲੇ ਛੱਡਦਾ ਸੀ ਅੱਜ ਉਹ ਰੰਗ ਰਾਜ ਅਲੋਪ ਹੀ ਹੋ ਗਏ ਮਹਾਰਾਜ ਕਹਿੰਦੇ ਹੀ ਬੈਠੇ ਮਹਾਰਾਜ ਕਹਿੰਦੇ ਭਾਣਾ ਭਾਈ ਆਹ ਹੁਕਮਣਾ ਗੁਰਬਾਣੀ ਵਿੱਚ ਵੀ ਹੈ ਸੋ ਸਿੱਖ ਸਖਾ ਬੰਧ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਇਹ ਮਹਾਂਵਾਕ ਆਇਆ ਹੈ ਆਪਾਂ ਇਸ ਨੂੰ ਰਾਮ ਦੇ ਸਾਥ ਨਹੀਂ ਬਿਤਾਰਨਾ।